ਆ ਮੈਂ ਚੁੰਨੀ ਬੰਨੀ ਫਿਰਦਾ ਜੀ, ਮੈਂ ਚੁੰਨੀ ਬੰਨੀ ਸੀ ਵੀ ਜਾਂ ਤਾਂ ਇਨਸਾਫ ਮਿਲੂਗਾ ਜਾਂ ਫਿਰ ਦੋ ਲਾਸ਼ਾਂ ਜਾਣਗੀਆਂ। ਮੈਸੇਜ ਸਹੀ ਇਹ ਤਾਂ ਗਿਆ ਵੀ ਭਾਈ ਉਹ ਗਰੀਬਣੀ ਦਾ ਕੀ ਕਸੂਰ ਸੀ, ਇੰਨੇ ਤੇਰੇ ਹੰਕਾਰ ਨੇ ਬਰਬਾਦ ਕਰਤੇ, ਇੱਕ ਬੇਕਸੂਰ ਜਾਨ ਲੈ ਲਈ ਤੇਰੇ ਹੰਕਾਰ ਨੇ, ਤੇਰੇ ਲਾਲਚ ਨੇ। ਬਿਨਾਂ ਹੀ ਇਨਵੈਸਟੀਗੇਸ਼ਨ ਤੋਂ ਕਹਿ ਰਿਹਾ, ਕਹਿੰਦਾ ਜੀ ਪੋਸਟਮਾਰਟਮ ਦੀ ਤਾਂ ਲੋੜ ਹੀ ਨਹੀਂ ਜੱਜ ਨੂੰ, ਕਹਿੰਦਾ ਜੀ ਇਹ ਤਾਂ ਨੈਚੁਰਲ ਮੌਤ ਹੈ, ਸੰਸਕਾਰ ਕਰ ਦਿਓ। ਮੈਂ ਸਭ ਤੋਂ ਪਹਿਲਾਂ ਮਾਨਯੋਗ ਕੋਰਟ ਦਾ ਧੰਨਵਾਦ ਕਰਦਾ ਜੀ, ਉਸ ਤੋਂ ਬਾਅਦ ਘੁੰਮਣ ਬ੍ਰਦਰ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਇਨਸਾਫ ਦੇ ਰਸਤੇ ਮੇਰਾ ਥੋੜ੍ਹੇ ਕਦਮ ਅੱਗੇ ਵਧਾਏ ਆ, ਪਰਚਾ ਹੋਇਆ। ਅਤੇ ਨਾਲ ਦੀ ਨਾਲ ਮੈਂ ਤੁਹਾਡਾ ਮੀਡੀਆ ਦਾ ਬਹੁਤ 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 ਧੰਨਵਾਦ ਕਰਦਾ, ਕੋਈ ਸ਼ਬਦ ਨਹੀਂ ਮੇਰੇ ਕੋਲ ਮੀਡੀਆ ਲਈ ਜਿਨ੍ਹਾਂ ਨੇ ਬਹੁਤ ਪੋਜ਼ਿਟਿਵ, ਬਹੁਤ ਜੋ ਸੱਚਾਈ ਸੀ ਉਹ ਦਿਖਾਈ ਹੈ, ਜਿਹਦੇ ਨਾਲ ਮੈਸੇਜ ਸਹੀ ਇਹ ਤਾਂ ਗਿਆ ਵੀ ਭਾਈ ਉਹ ਗਰੀਬਣੀ ਦਾ ਕੀ ਕਸੂਰ ਸੀ, ਉਹ ਨਾ ਕਰਦਾ ਛੋਟੇ ਵੀਰ ਇੰਨਾ ਹੰਕਾਰ, ਇੰਨੇ ਤੇਰੇ ਹੰਕਾਰ ਨੇ ਬਰਬਾਦ ਕਰਤੇ, ਇੱਕ ਬੇਕਸੂਰ ਜਾਨ ਲੈ ਲਈ ਤੇਰੇ ਹੰਕਾਰ ਨੇ, ਤੇਰੇ ਲਾਲਚ ਨੇ। ਕੀ ਕਰੇਗਾ, ਨਾ ਕਰ ਲਾਲਚ। ਹਾਂਜੀ, ਭੋਗ ਦੀ ਜੀ ਮੈਨੂੰ ਤਾਂ ਕੋਈ ਜ਼ਿਆਦਾ ਸੋਝੀ ਨਹੀਂ ਹੈ ਜੀ, ਹੁਣ ਸਮਝ ਨਹੀਂ ਆ ਰਹੀ। ਅਤੇ ਵੱਡੇ ਬਾਈ ਜੀ ਹੈਗੇ ਆ, ਸ਼ਾਇਦ ਮੇਰਾ ਖਿਆਲ ਹੈ ਵੀ ਗੁਰਦੁਆਰਾ ਸਾਹਿਬ ਅਨਾਊਂਸ ਕਰਨਗੇ ਜੀ। ਜੋ ਮਾਮਲਾ ਦਰਜ ਹੋਇਆ ਜੀ, ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਦਰਜ ਕੀਤਾ ਗਿਆ। ਹਾਂਜੀ, ਦੇਖੋ ਕਮਾਲ ਦੇਖੋ ਇਹਨਾਂ ਦਾ, ਆਈਓ ਬਿਨਾਂ ਹੀ ਇਨਵੈਸਟੀਗੇਸ਼ਨ ਤੋਂ ਕਹਿ ਰਿਹਾ, ਕਹਿੰਦਾ ਜੀ ਪੋਸਟਮਾਰਟਮ ਦੀ ਤਾਂ ਲੋੜ ਹੀ ਨਹੀਂ ਜੱਜ ਨੂੰ, ਕਹਿੰਦਾ ਜੀ ਇਹ ਤਾਂ ਨੈਚੁਰਲ ਮੌਤ ਹੈ, ਸੰਸਕਾਰ ਕਰ ਦਿਓ। ਇਹ ਤਾਂ ਤੁਹਾਡਾ ਘੁੰਮਣ ਬ੍ਰਦਰ ਦਾ ਮਾਨਯੋਗ ਕੋਰਟ ਦੇ ਹੁਕਮਾਂ ਨਾਲ ਪੋਸਟਮਾਰਟਮ ਹੋਇਆ, ਜਿਹਦੇ ਨਾਲ ਸੱਚਾਈ ਬਾਹਰ ਆਈ ਹੈ, ਹੈੱਡ ਇੰਜਰੀ ਆਈ ਹੈ, ਹੈੱਡ ਇੰਜਰੀ ਦੇ ਵਿੱਚ ਸਾਰਾ ਕੁਝ ਡਾਕਟਰਾਂ ਨੇ ਕਲੀਅਰ ਕੀਤਾ, ਫਿਰ ਜਾ ਕੇ ਪਰਚਾ ਹੋਇਆ। ਚਲੋ ਕਹਿੰਦੇ ਆ ਦੇਰ ਆਏ, ਘੱਟੋ ਘੱਟ ਉਸ ਆਤਮਾ ਨੂੰ ਅੱਜ ਆਪਾਂ ਸੰਸਕਾਰ ਕਰਿਆ। ਆ ਮੈਂ ਚੁੰਨੀ ਬੰਨੀ ਫਿਰਦਾ ਉਹਦੀ, ਮੈਂ ਚੁੰਨੀ ਬੰਨੀ ਸੀ ਵੀ ਜਾਂ ਤਾਂ ਇਨਸਾਫ ਮਿਲੂਗਾ ਜਾਂ ਫਿਰ ਦੋ ਲਾਸ਼ਾਂ ਜਾਣਗੀਆਂ, ਬਸ ਉਨੀ ਦੇਰ ਮੈਂ ਲਾਉਣੀ ਨਹੀਂ ਸੀ। ਮੈਂ ਸ਼ੁਕਰ ਕਰਦਾ ਉਸ ਮਾਲਕ ਦਾ, ਚਲੋ ਮਾਲਕ ਨੇ ਸਾਨੂੰ ਘੱਟੋ ਘੱਟ ਇਨਸਾਫ ਵਾਲੇ ਰਸਤੇ ਤੋਰਿਆ ਅਤੇ ਸਾਡਾ FIR ਹੋਈ ਹੈ। ਉਮੀਦ ਕਰਦੇ ਹਾਂ ਮਾਨਯੋਗ ਕੋਰਟਾਂ 'ਤੇ ਸਾਨੂੰ ਇਨਸਾਫ ਮਿਲੂਗਾ।